टूपाक नाल मिलती है राशि मिठे। कौन सी टूपाक? अज आप गल करते हैं कौन सी टूपाक ते किवें होई सी मौत टूपाक दी ते सिद्धू मूसेवाले नाल इहदा की कनैक्शन सीगा, है ना। ते सिद्धू मूसेवाले नाल काफ़ी चीज़ां मिलदियां सीगियां टूपाक दियां। तो आप गल करते हैं इहदा जन्म लगभग 1971 नूं 16 जून न्यूयॉर्क विच। तुसी उस समय ब्लैक पैंथर नां दी एक लड़ाई चल रही सी, ऑर्गेनाइजेशन वालों इहदे माँ बाप काम करते सी, ते एक क्रांतिकारी टाइप सीगा क्योंकि उस वेले 1970 दे विच ब्लैक ते वाइट दे विच है ना नूं लैके काफ़ी मतभेद चलदा सी। ब्लैक कम्यूनिटी वालों जिहड़ी संस्था लड़दी सी उहदा नाम सी ब्लैक पैंथर, उहदी मैंबर सी इहदी माँ। इहदी माँ ते घट्टो घट 150 केस सी जेल दे विच सी, टूपाक उसके पेट विच सी। ते डियर ममा गाने विच वी तुसी इहदे रिलेटड काफ़ी कुछ सुनन नूं मिलूगा, है ना। आपां नूं ते जेल विच सी तां जेल तो बाहर आया तां एक महीने बाद ही टूपाक दा जन्म होया। इहदे जन्म मान ला इहदा सौतेला बाप सी उहदा नाम, उहदा इहनूं सरनेम मिलिया इहदा शाकुर सी जिहड़ा, है ना। इहदा असल नाम सी मान ला अमरू शाकुर। इहदा नाम होर भी कई नाम सीगे इहदे, ते चलो जिक्र करां अगे जिक्र करदे आपां हौली हौली की हुंदा। इहदा डैडी सी जिहड़ा उह इक मोस्ट वांटड सीगा अमेरिका विच्चों, 100 परिवार का माहौल इहदा सी, है ना। इदां दा इहदा परिवार का माहौल सीगा, इहदा प्यो मान ला वॉन्टड सीगा, इहदी माँ भी एक तरह की क्रिमिनल ओही हो गई, है ना। चलो वो तो क्रांतिकारी दे लई लड़ाई लड़दी सी, इन्हां लई तां उह हीरो सीगी। ते इह सारा कुछ टूपाक दा बचपन विच ही एक्टिंग दा ते पोएट्री दा इहनूं शौक सीगा। हौली हौली ਇਹ ਮੈਰੀਲੈਂਡ ਵਿੱਚ ਨਿਊਯਾਰਕ ਤੋਂ ਮੈਰੀਲੈਂਡ ਵਿੱਚ ਚਲੇ ਜਾਂਦੇ ਆ, ਉੱਥੇ ਆਪਦਾ ਸਕੂਲ ਪੂਰਾ ਕਰਦਾ ਬਾਲਟੀਮੋਰ ਵਿੱਚ। ਉੱਥੇ ਹੀ ਇਹਨੂੰ ਪੋਇਟਰੀ ਦਾ ਵੀ ਹੋਰ ਸ਼ੌਂਕ ਹੁੰਦਾ ਰੈਪ ਵਿੱਚ ਜਿਵੇਂ, ਹੈ ਨਾ। ਇਹ ਆਪਦਾ ਹੋਰ ਇਹ ਆਪਦਾ ਜ਼ੋਰ ਦਿਖਾਉਂਦਾ ਸਕੂਲ ਦੇ ਵਿੱਚ, ਅਤੇ ਜਿਹੜੇ ਸਕੂਲ ਦੇ ਵਿੱਚ ਆਪਣੇ ਫੰਕਸ਼ਨ ਹੁੰਦੇ ਆ ਉਹਨਾਂ 'ਚੋਂ ਇਹਨੇ ਕਾਫੀ ਪ੍ਰਾਈਜ਼ ਜਿੱਤੇ। ਅਤੇ ਉੱਥੇ ਫਿਰ ਕੈਲੀਫੋਰਨੀਆ ਗਿਆ ਤਾਂ ਇਹਦੀ ਮਾਂ ਦੀ ਹਾਲਤ ਇੱਦਾਂ ਦੀ ਸੀ, ਉਹ ਡਰੱਗ ਅਡਿਕਟ ਬਣ ਗਈ ਸੀਗੀ, ਮਤਲਬ ਡਰੱਗ ਲੈਣ ਲੱਗ ਗਈ ਸੀ ਕਿਤੇ ਨਾ ਕਿਤੇ। ਛੋਟੇ ਮੋਟੇ ਕੰਮ ਕਰਦਾ ਸੀ ਆਪਦੀ ਪੋਕਿਟ ਮਨੀ ਲਈ, ਹੈ ਨਾ। ਤਾਂ ਹਾਲਤ ਖਰਾਬ ਸੀ, ਪਰ ਇਹਨੇ ਨਾਲ ਨਾਲ ਆਪਦਾ ਸ਼ੌਂਕ ਨਹੀਂ ਛੱਡਿਆ। ਇਹਨੇ ਆਪਦਾ ਨਾਲ ਨਾਲ ਲਿਖਣ ਦਾ ਅਤੇ ਰੈਪਿੰਗ ਦਾ ਸ਼ੌਂਕ ਵੀ ਰੱਖਿਆ, ਹੈ ਨਾ। ਬੇਸ਼ੱਕ ਉਸ ਟਾਈਮ 'ਤੇ ਰੈਪਰ ਨੂੰ ਕੋਈ ਕਲਾ ਨਹੀਂ ਮੰਨਿਆ ਜਾਂਦਾ ਸੀ, ਹੈ ਨਾ, ਕੋਈ ਫੇਮਸ ਨਹੀਂ ਸੀਗਾ ਰੈਪਰ ਬਾਰੇ, ਹੈ ਨਾ ਕੁਛ ਇੰਨਾ। ਹੌਲੀ ਹੌਲੀ ਇਹ ਆਪਦੀ ਚੀਜ਼ ਨੂੰ ਵਧਾਉਂਦਾ ਗਿਆ, ਲੋਕਾਂ ਇਹਨੂੰ ਮਿਲਦੇ ਗਏ। ਆਖਿਰ ਇਹਦਾ ਇਹਨੂੰ ਪਹਿਲਾ ਮੌਕਾ ਮਿਲਿਆ ਡਿਜੀਟਲ ਅੰਡਰਗਰਾਊਂਡ ਵੱਲੋਂ ਦੋ ਪ੍ਰੋਜੈਕਟ ਕਰਦਾ ਇਹ। ਪਹਿਲਾਂ 1991 ਦੇ ਵਿੱਚ ਇਹਦੇ 'ਤੇ ਇੱਕ ਕੇਸ ਵੀ ਹੁੰਦਾ, ਪਹਿਲਾਂ ਇੱਕ ਪੁਲਿਸ ਵਾਲੇ ਨੇ ਕਿਉਂਕਿ ਇਹ ਦੋ ਪ੍ਰੋਜੈਕਟ ਸਾਈਨ ਕਰਦਾ, ਤਾਂ ਜਦੋਂ ਦੋ ਪ੍ਰੋਜੈਕਟ ਲਈ ਜਾ ਰਿਹਾ ਹੁੰਦਾ ਤਾਂ ਰਸਤੇ ਵਿੱਚ ਰੋਡ ਕਰੋਸ ਕਰਦਾ ਭੱਜ ਕੇ, ਤਾਂ ਇੱਕ ਪੁਲਿਸ ਵਾਲਾ ਇਹਨੂੰ ਬਿਨ ਗੱਲ ਤੋਂ ਹੀ ਕੁੱਟ ਦਿੰਦਾ। ਤਾਂ ਪੁਲਿਸ ਵਾਲੇ ਨੂੰ ਕਹਿੰਦਾ ਵੀ ਮੇਰਾ 10 ਮਿਲੀਅਨ ਦਾ ਨੁਕਸਾਨ ਹੋਇਆ, ਮੇਰਾ ਪ੍ਰੋਜੈਕਟ ਇੰਨਾ ਵੱਡਾ ਸੀ, ਜੇ ਮੰਨ ਲਾ ਰਹਿ ਜਾਂਦਾ ਤਾਂ ਮੇਰਾ ਐਡਾ ਨੁਕਸਾਨ ਹੁੰਦਾ। ਮੰਨ ਲਓ ਚਲੋ ਇਹ ਪੁਲਿਸ ਵਾਲੇ 'ਤੇ ਕੇਸ ਕਰ ਦਿੰਦਾ, ਅਤੇ ਉਦੋਂ ਬਲੈਕ ਕਮਿਊਨਿਟੀ ਦੇ ਵਿੱਚ ਕਾਫੀ ਵਿਤਕਰਾ ਸੀਗਾ, ਚਲੋ ਇਹ ਨਿਬੜ ਜਾਂਦਾ ਇੱਦਾਂ ਹੀ, ਹੈ ਨਾ। ਉਸ ਤੋਂ ਬਾਅਦ ਇਹ ਆਪਦਾ ਸੋਲੋ ਸੌਂਗ ਕਰਦਾ ਟੂਪਾਕ ਐਲਪਾਈਸ ਨੋਬਸ, ਚਲੋ ਮੈਂ ਇੱਥੇ ਲਿਖ ਦਿੰਦਾ। ਇਹਨੇ ਇੱਕ ਐਲਬਮ ਕੀਤੀ ਸੀ ਉਹ ਕਰਦਾ, ਉਸ ਤੋਂ ਬਾਅਦ ਜਿਹੜੀ ਕਿ ਬਿੱਲਬੋਰਡ 'ਤੇ ਚਲੀ ਜਾਂਦੀ ਹੈ, ਅਤੇ ਉਸ ਤੋਂ ਬਾਅਦ ਇਹ ਦੋ ਐਲਬਮ ਹੋਰ ਕਰਦਾ, ਉਸਦੇ ਦੋ ਗਾਣੇ ਹੁੰਦੇ ਆ। ਇਹ ਕਰਦਾ ਮੰਨ ਲਾ ਇੱਕ ਇਹ ਕਰਦਾ ਇੰਟਰਸਕੋਪ ਰੈਕੋਰਡ ਦੇ ਥੱਲੇ, ਜਿਹੜਾ ਸੋਲੋ ਕਰਦਾ ਪਹਿਲਾਂ ਦੋ ਪ੍ਰੋਜੈਕਟ ਇਹਨੇ ਕਰ ਲਏ ਹੁੰਦੇ ਆ, ਹੈ ਨਾ, ਜਿਹੜੇ ਬਿੱਲਬੋਰਡ 'ਤੇ ਚਲੇ ਜਾਂਦੇ ਆ। ਤਾਂ ਫਿਰ ਇਹਦੇ ਆ ਦੋ ਗਾਣੇ ਸੁਣਿਓ, ਮੰਨ ਲਾ ਸਰਾ ਬੀਟਸ ਹੁੰਦੀਆਂ ਇਹਦੀਆਂ, ਹੈ ਨਾ। ਨੈਕਸਟ ਐਲਬਮ ਕਰਦਾ ਹੈ 1993 ਵਿੱਚ ਮੈਜਿਸਟਸ ਆਫ ਵਰਲਡ, ਅੰਗਰੇਜ਼ੀ ਘੱਟ ਆਉਂਦੀ ਹੈ ਨਾ। ਉਹਦੇ ਵਿੱਚ ਇਹ ਦੋ ਸੌਂਗ ਹੀ ਉਦੋਂ ਕਰਦਾ ਹੈ, ਇੱਕ ਹੁੰਦਾ ਕੀਪ ਯੂਅਰ ਹੈਡ ਅਪ ਐਂਡ ਆਈ ਗੈਟ ਅਰਾਊਂਡ। ਯੂਟਿਊਬ 'ਤੇ ਦੇਖਿਓ ਤੁਸੀਂ, ਇਹਦੇ ਘੱਟੋ ਘੱਟ 70-80 ਮਿਲੀਅਨ ਤੋਂ ਪਲੱਸ ਵਿਊ ਟੱਪੇ ਹੋਏ ਆ।
ਤੇਰੀ ਕਾਫੀ ਸੇਲ ਹੁੰਦੀ ਹੈ ਨਾ ਉਦੋਂ, ਤੇ ਟੂਪਾਕ ਲੋਕਾਂ ਦੀ ਨਿਗਾਹ ਦੇ ਵਿੱਚ ਆ ਜਾਂਦਾ ਮੰਨ ਲਓ ਉਦੋਂ, ਤੇ ਜਿੱਥੇ ਬੰਦੇ ਦੀ ਚੜ੍ਹਾਈ ਹੁੰਦੀ ਹੈ ਨਾ ਉੱਥੇ ਹੇਟਰ ਵੀ ਹੁੰਦੇ ਆ। ਉਸ ਤੋਂ ਬਾਅਦ ਇਹ ਐਕਟਿੰਗ ਦੇ ਵਿੱਚ ਵੀ ਆਪਦਾ ਜ਼ੋਰ ਅਜਮਾਉਂਦਾ, ਫਿਲਮਾਂ ਵੀ ਆਈਆਂ ਇਹਦੀਆਂ ਹੈ ਨਾ ਦੋ ਦੋ ਤਿੰਨ, ਇਹਨੇ ਕਾਫੀ ਫਿਲਮਾਂ ਵੀ ਕੀਤੀਆਂ। 1992 ਦੇ ਵਿੱਚ ਇਹਦੀ ਪਹਿਲੀ ਫਿਲਮ ਆਈ ਸੀ ਪੋਇਟਿਕ ਜਸਟਿਸ, ਅਤੇ ਉਸ ਤੋਂ ਬਾਅਦ ਇੱਕ ਟੂਪਾਕ ਵੀ ਹੈ ਇਹਦੀ ਫਿਲਮ, ਹੈ ਨਾ ਮੈਂ ਆਪ ਪੋਸਟਰ ਲਾ ਦਿੰਦਾ ਉਹਦੇ, ਹੈ ਨਾ। ਅਤੇ ਚਲੋ ਉਸ ਤੋਂ ਬਾਅਦ ਫਿਲਮਾਂ ਕਰਦਾ ਇਹਦੇ ਨਾਲ, ਉੱਥੇ ਇੱਕ ਹਾਦਸਾ ਹੋ ਜਾਂਦਾ ਜਿੱਥੇ ਖਾੜਾ ਲਾਉਣ ਜਾਂਦਾ, ਤਾਂ ਇਹਦੇ ਅਗੇਂਸਟ ਹੁੰਦੇ ਨੇ ਸੇਮ ਫੀਲਡ ਵਾਲੇ, ਹੈ ਨਾ ਬੰਦੇ, ਤਾਂ ਉੱਥੇ ਲੜਾਈ ਹੋ ਜਾਂਦੀ ਹੈ। ਤਾਂ ਇਹਦੇ ਹੱਥ 'ਚ ਪਿਸਤੌਲ ਹੁੰਦਾ, ਤਾਂ ਇਹਦੇ ਹੱਥ 'ਚੋਂ ਪਿਸਤੌਲ ਡਿੱਗ ਜਾਂਦਾ, ਅਤੇ ਪਿਸਤੌਲ ਡਿੱਗ ਕੇ ਅਤੇ ਉਹਦੇ 'ਚੋਂ ਗੋਲੀ ਚੱਲ ਜਾਂਦੀ ਹੈ, ਤਾਂ ਇੱਕ ਬੱਚੇ ਦੀ ਮੌਤ ਹੋ ਜਾਂਦੀ ਹੈ। ਅਤੇ ਉਸ ਤੋਂ ਬਾਅਦ ਇਹ ਮੰਨ ਲਾ ਖਬਰਾਂ 'ਤੇ ਆ ਜਾਂਦਾ, ਹੈ ਨਾ ਵੀ ਇੱਦਾਂ ਕਰਕੇ ਗੋਲੀ ਚੱਲੀ, ਹੈ ਨਾ। ਤਾਂ ਉਸ ਤੋਂ ਬਾਅਦ ਇਹਦੇ ਅਗੇਂਸਟ ਉਹ ਲੱਗ ਜਾਂਦੇ ਆ ਲੋਕ, ਹੈ ਨਾ ਕਾਫੀ। ਅਤੇ ਉਸ ਤੋਂ ਬਿਨਾਂ ਇਹਦੇ 'ਤੇ ਦੋ ਪੁਲਿਸ ਵਾਲਿਆਂ 'ਤੇ ਸਿਵਲ ਵਰਦੀ 'ਚ ਫਿਰਦਿਆਂ ਨੂੰ ਮਾਰਨ ਦਾ ਵੀ ਆਰੋਪ ਹੁੰਦਾ, ਅਤੇ ਇਸ 'ਤੇ ਸੈਕਸ ਅਡਲਟ ਸੈਕਸ ਅਸੋਲਟ ਵੀ ਲੱਗਦੇ ਆ, ਜਿਹਦੇ ਕਰਕੇ ਇਹਨੇ 8 ਮਹੀਨੇ ਜੇਲ੍ਹ 'ਚ ਲਾਏ ਹੁੰਦੇ ਆ। ਪਰ ਜੇਲ੍ਹ ਵਿੱਚ ਇਹਨੂੰ ਇੱਕ ਬੰਦਾ ਮਿਲਦਾ 1995 ਦੇ ਵਿੱਚ, ਮੈਜਿਸਟਿਕ ਆਫ ਵਰਲਡ ਜੇਲ੍ਹ ਦੇ ਵਿੱਚ ਇਹ ਰਿਲੀਜ਼ ਹੁੰਦੀ ਆ, ਹੈ ਨਾ। ਇਹ ਆਪਦੀ ਐਲਬਮ ਰਿਲੀਜ਼ ਕਰਦਾ ਮੈਜਿਸਟਿਕ ਆਫ ਵਰਲਡ, ਇਹ ਪਹਿਲਾ ਆਰਟਿਸਟ ਹੁੰਦਾ ਜਿਹਨੇ ਜੇਲ੍ਹ ਦੇ ਵਿੱਚ ਇਹ ਆਪਦੀ ਐਲਬਮ ਰਿਲੀਜ਼ ਕੀਤੀ ਹੁੰਦੀ ਹੈ। ਚਲੋ ਜੀ, ਇਹ ਮੈਂ ਨਾ ਇਹਦੀ ਐਲਬਮ ਜਿਹੜੀ ਰਿਲੀਜ਼ ਕਰਦਾ ਇਹਦੇ ਰਿਕਾਰਡ ਤੋੜ ਦਿੰਦੀ ਹੈ। ਮੈਂ ਨਾ ਬਿਲਬੋਰਡ ਕੀ ਸਭ ਤੋਂ ਵੱਧ ਸੇਲ ਹੁੰਦੀ ਹੈ ਇਹ, ਪਰ ਇਹ ਹੁੰਦਾ ਉਦੋਂ ਜੇਲ੍ਹ 'ਚ ਹੀ ਹੈ, ਜੇਲ੍ਹ 'ਚ ਹੁੰਦਾ, ਇਹਦੀ ਕੋਈ ਬੇਲ ਨਹੀਂ ਕਰਾਉਂਦਾ, ਜਿਹਦੇ ਨਾਲ ਇਹਨੇ ਆਪਦਾ ਆਪਣਾ ਸਾਈਨ ਕੀਤਾ ਵਾ ਹੁੰਦਾ, ਹੈ ਨਾ, ਰੈਕੋਰਡ ਵਾਲੇ ਆ ਉਹ ਵੀ ਇਹਦੀ ਬਾਤ ਨਹੀਂ ਪੁੱਛਦੇ, ਇੰਟਰਸਕੋਪ ਰੈਕੋਰਡ ਵਾਲੇ ਇਹਦੀ ਬਾਤ ਨਹੀਂ ਪੁੱਛਦੇ। ਫਿਰ ਇਹਦੀ ਮਾਂ ਉਹਨਾਂ ਨੂੰ ਜਾ ਕੇ ਪੁੱਛਦੀ ਆ ਇੰਟਰਸਕੋਪ ਵਾਲਿਆਂ ਨੂੰ ਵੀ ਮੇਰੇ ਜਵਾਕ ਨੂੰ ਤੁਸੀਂ ਜੇਲ੍ਹ 'ਚੋਂ ਛੁਡਾਓ, ਵੀ ਉਹ ਸਾਡੇ ਨਾਲ ਉਹਨੇ ਗਾਣੇ ਕੀਤੇ ਅਤੇ ਅੱਗੇ ਵੀ ਗਾਣੇ ਕਰੂਗਾ, ਪਰ ਉਹਦੀ ਕੋਈ ਗੱਲ ਨਹੀਂ ਸੁਣਦੇ। ਉੱਥੇ ਇੱਕ ਬੰਦਾ ਆਉਂਦਾ ਸੁਗੇ ਨਾਈਟ, ਮੈਂ ਨਾਂ ਲਿਖ ਦਿੰਦਾ, ਹੈ ਨਾ, ਸੁਗੇ ਨਾਈਟ। ਇਹ ਬੰਦਾ $1.4 million ਦੇ ਕੇ ਇਹਨੂੰ ਉੱਥੋਂ ਛੁਡਾ ਲੈਂਦਾ। ਤੁਸੀਂ ਇਹਦੀ ਆ ਫਿਲਮ ਵੀ ਦੇਖ ਸਕਦੇ ਹੋ, ਇਸ 'ਤੇ ਬਣੀ ਦੀ, ਹੈ ਨਾ, ਆਲ ਆਈਜ਼ ਔਨ ਮੀ। ਚਲੋ ਜੀ, ਉਹ ਇਹਨੂੰ ਛੁਡਾ ਲੈਂਦਾ, ਅਤੇ ਫਿਰ ਜਦੋਂ ਛੁਡਾ ਲੈਂਦਾ ਉਸ ਤੋਂ ਬਾਅਦ ਇਹ ਬਾਹਰ ਆ ਜਾਂਦੇ ਆ, ਹੈ ਨਾ, ਤਾਂ ਇਹ ਇੱਕ ਆਪਦਾ ਲੇਬਲ ਸਾਈਨ ਕਰਦੇ ਆ ਡੈਥ ਰੋ। ਇਸ 'ਤੇ ਪਹਿਲੀ ਐਲਬਮ ਕਰਦਾ 1996 ਨੂੰ ਆਲ ਆਈਜ਼ ਔਨ ਮੀ, ਉਸੇ ਦੇ ਵਿੱਚ ਗਾਣਾ ਹੁੰਦਾ ਕੈਲੀਫੋਰਨੀਆ ਲਵ। ਉਸਦੀ 5 million ਕਾਪੀ ਵਿਕ ਸੇਲ ਹੁੰਦੀ ਹੈ, ਅਤੇ ਉਹ ਬਿਲਬੋਰਡ 'ਤੇ ਇਹ ਛਾ ਜਾਂਦਾ ਬੰਦਾ, ਹੈ ਨਾ। ਅਤੇ ਉੱਥੇ ਕੀ ਬੰਦਾ ਪੰਗਾ ਪੈਂਦਾ, ਜਿਹੜੇ ਬੰਦੇ ਨੇ ਇਹਨੂੰ ਛੁਡਾਇਆ ਹੁੰਦਾ ਉਹਦੇ ਅਗੇਂਸਟ ਵੀ ਹੁੰਦੇ ਆ, ਬਿਗੀ ਹੋਰੀ, ਉਹਨਾਂ ਦਾ ਆਪਣਾ ਇੱਕ ਲੈਵਲ ਹੁੰਦਾ ਬੈਡ ਬੋਏ ਅਤੇ ਵਰਸ ਡੈਥ ਰੋ, ਇਹਨਾਂ ਦੋਨਾਂ ਦਾ ਹੋ ਜਾਂਦਾ, ਇੱਕ ਈਸਟ ਵੱਲੋਂ ਹੁੰਦੇ ਇੱਕ ਵੈਸਟ ਵੱਲੋਂ ਹੁੰਦੇ ਆ। ਫਿਰ ਇਹਨਾਂ ਦੀ ਆਪਦੀ ਲੜਾਈ ਹੁੰਦੀ ਹੈ ਰੈਪਰਾਂ ਦੀ, ਹੈ ਨਾ, ਉਹ ਲੜਾਈ ਹੁੰਦੀ ਹੈ। ਟੂਪਾਕ ਨੂੰ ਇਸ 'ਤੇ ਪਹਿਲਾਂ ਇੱਕ ਗੋਲੀ ਵੀ ਚੱਲੀ ਹੁੰਦੀ ਹੈ, ਤਾਂ ਉੱਥੇ ਬਿਗੀ ਹੋਰ ਆਉਂਦਾ, ਜਿੱਥੇ ਇਸ 'ਤੇ ਗੋਲੀ ਚੱਲੀ ਹੁੰਦੀ ਹੈ ਉੱਥੇ ਬਿਗੀ ਹੋਰ ਆਉਂਦਾ ਆਫਿਸ ਹੁੰਦਾ, ਤਾਂ ਟੂਪਾਕ ਨੂੰ ਉੱਥੇ ਕਿਤੇ ਨਾ ਕਿਤੇ ਸ਼ੱਕ ਹੋ ਜਾਂਦਾ ਵੀ ਇਹ ਬੰਦੇ ਨੇ ਨਾ ਕੀਤਾ ਹੋਵੇ ਕੰਮ, ਹੈ ਨਾ। ਤਾਂ ਜਦੋਂ ਟੂਪਾਕ ਜੇਲ੍ਹ 'ਚ ਹੁੰਦਾ ਤਾਂ ਉਦੋਂ ਬਿਗੀ ਦਾ ਇੱਕ ਗਾਣਾ ਵੀ ਆਉਂਦਾ ਹਾਓ ਆਈ ਸ਼ੂਟ ਸਮਥਿੰਗ, ਤਾਂ ਇਹਨੂੰ ਪੂਰਾ ਯਕੀਨ ਹੋ ਜਾਂਦਾ ਵੀ ਲੈ ਵੀ ਇਹ ਕੰਮ ਇਹਨੇ ਕਰਾਇਆ ਸੀ, ਹੈ ਨਾ। ਚਲੋ ਉਸ ਤੋਂ ਬਾਅਦ ਇਹ ਆਪਦੇ ਕੰਮਾਂ 'ਚ ਬਿਜੀ ਹੋ ਜਾਂਦਾ, ਹੈ ਨਾ। ਉਸ ਟਾਈਮ 'ਤੇ ਈਸਟ ਅਤੇ ਵੈਸਟ ਦੀ ਲੜਾਈ ਪੀਕ 'ਤੇ ਚੱਲ ਪੈਂਦੀ ਹੈ ਨਾ ਪੂਰੀ, ਮੰਨ ਲਾ ਸ਼ਬਦਾਂ ਦੀ ਜੰਗ ਛਿੜੀ ਵੀ ਹੁੰਦੀ ਆ ਉਦੋਂ ਪੂਰੀ। ਤਾਂ ਅਗਸਤ 1996 ਨੂੰ ਇਹ ਜੰਗ ਖਤਮ ਹੁੰਦੀ ਹੈ। ਜਿਹੜਾ ਟੂਪਾਕ ਹੋਰਾਂ ਦਾ ਇੱਕ ਮੈਂਬਰ ਹੁੰਦਾ, ਹੈ ਨਾ, ਉਹ ਮੌਲ 'ਚ ਜਾਂਦਾ, ਤਾਂ ਬਿਗੀ ਦੇ ਬੰਦਿਆਂ ਨੇ ਘੇਰ ਲੈਂਦੇ ਆ ਉਹਨੂੰ, ਤਾਂ ਉਹਦੇ ਗਲ 'ਚ ਚੈਨ ਹੁੰਦੀ ਹੈ ਜਿਹਦੇ 'ਤੇ ਡੈਥ ਰੋ ਲਿਖਿਆ ਹੁੰਦਾ, ਤਾਂ ਉਹਦੀ ਚੈਨ ਫੜ ਲੈਂਦੇ ਆ, ਤਾਂ ਉਹਦੀ ਚੈਨ ਖਿੱਚ ਲੈਂਦੇ ਆ, ਤਾਂ ਉਹਨੂੰ ਕਾਫੀ ਕੁੱਟਦੇ ਆ। ਤਾਂ ਫਿਰ ਉਹ ਬੰਦਾ ਆ ਕੇ ਟੂਪਾਕ ਹੋਰਾਂ ਨੂੰ ਦੱਸਦਾ ਵੀ ਉਹਨਾਂ ਨੇ ਮੇਰੇ ਨਾਲ ਇਹ ਕੀਤਾ, ਹੈ ਨਾ, ਕੁੱਟਿਆ, ਤਾਂ ਟੂਪਾਕ ਹੋਰੇ ਕਹਿੰਦੇ ਵੀ ਕੋਈ ਨਾ ਆਪਾਂ ਬਦਲਾ ਲਵਾਂਗੇ, ਹੈ ਨਾ। ਚਲੋ ਇਹ ਤੱਪ ਜਾਂਦੇ, ਹੈ ਨਾ। ਫਿਰ 1996 ਨੂੰ 7 ਤਰੀਕ ਨੂੰ ਟੂਪਾਕ ਇੱਕ ਦਿਨ ਫਾਈਟ ਦੇਖਣ ਜਾਂਦਾ LA ਦੇ ਵਿੱਚ,
लॉस एंजलिस एल ए है ना, तो उत्थे बंदा फिरदा हुंदा जिहड़ा नाल आ उह टूपाक नूं कहिंदा वी उह बंदे फिरदे आ इत्थे जिन्हां ने मैनूं कुट्टिया सी। तो मैं एक नाल वीडियो भी ला दिंदा तुसीं देखो, पर उत्थे इहनां दी लड़ाई हुंदी आ पूरी। मैं टूपाक उहदे गर्द कढ दिंदे आ, उहनां दी कुट कुट के पूरा बदला लैंदे आ ना आपदा। चलो उत्थे पुलिस वाले आ जांदी आ, छड छड़ा करा दिंदी आ वी तुसीं आपदे घरे जाओ, तुसीं आपदे जाओ है ना। उस तों बाद छड छड़ा हो जांदा, तां फिर टूपाक आपदे रूम च आंदा, तो उत्थे आपदे कपड़े कुपड़े चेंज करके तो आपदे दोस्त नाल गड्डी दे विच निकल जांदा। काली गड्डी हुंदी है BMW, तो गड्डी दे विच बहिंदा निकलदा जदों तां रैड लाइट ते इह आपदे फैंस नाल गल करदा है ना। तां उत्थे मूहरों एक गड्डी आउंदी आ, चार गोलियां टूपाक दे मारदी आ। उस तों बाद एंबूलेंस आ जांदी आ, टूपाक नूं लै जांदी आ हॉस्पिटल। 6 दिन बाद टूपाक की 13 तरीक नूं मौत हो जाती है। इहदी मौत तो बाद भी इहदे गाने कई साल चलते आ, अज तक भी मान लो 26-27 साल हो गए इहदे गाने काफ़ी चलते आ, हजे भी चली जाते है ना, क्योंकि सेल ही बहुत सी बंदे की अज भी चली जाती है। मिलियनां दे विच सेल सी जिदा है ना, जिदा आप गल करते हैं भी इहदी 7 करोड़ 50 लख की एक एल्बम सेल होंदी सी बंदे की, 7 करोड़ 50 लख की, जिन्हां विचों 5 करोड़ इकली USA विच सीगी। हुण आपां गल करदे आं वी सिद्धू मूसे वाले दा ते टूपाक दा की कनैक्शन सी है ना। मान ला कनैक्शन सी इहनां दा, एक तां इहनां दी मौत भी सेम तरीके नाल होई सी है ना। काली गड्डी टूपाक कोले सी, काली गड्डी बाई कोले सीगी सिद्धू मूसे वाले कोले। तां दोनां दे नाल सिक्योरिटी गार्ड भी है नहीं सी, सिद्धू मूसे वाले नाल भी सिक्योरिटी गार्ड है नहीं सी ते टूपाक नाल भी है नहीं सी कोई है ना, यार दोस्त ही सीगे। ਤਾਂ ਕਿਤੇ ਨਾ ਕਿਤੇ ਬਾਈ ਸਿੱਧੂ ਇਹਦੇ ਤੋਂ ਇੰਸਪਾਇਰ ਸੀਗਾ ਬੰਦੇ ਤੋਂ ਹੈ ਨਾ। ਤਾਂ ਕੈਨੇਡਾ ਦੇ ਵਿੱਚ ਇੱਕ ਵਾਰ ਸਿੱਧੂ 'ਤੇ ਵੀ ਗੋਲੀ ਚੱਲੀ ਸੀਗੀ। ਚਲੋ ਮੰਨ ਲਾ, ਅਤੇ ਇੱਕ ਦੋਨੋਂ ਬੰਦੇ ਆਮ ਘਰੋਂ ਸੀ, ਟੂਪਾਕ ਵੀ ਇੱਕ ਆਮ ਘਰੋਂ ਮੁੰਡਾ ਉੱਠਿਆ ਸੀਗਾ ਨਾ। ਉਸ ਤੋਂ ਬਾਅਦ ਇਹਨੇ ਹੌਲੀ ਹੌਲੀ ਆਪਦਾ ਕੀਤਾ, ਅਤੇ ਸਿੱਧੂ ਮੂਸੇਵਾਲਾ ਬਾਈ ਵੀ, ਅਤੇ ਬਾਈ ਟੂਪਾਕ ਨੂੰ ਰੋਲ ਮਾਡਲ ਮੰਨਦਾ ਸੀ ਆਪਦੀ ਲਾਈਫ ਦਾ ਹੈ ਨਾ। ਤਾਂ ਚਲੋ 25 ਸਾਲਾਂ ਦੇ ਵਿੱਚ ਇਹਨਾਂ ਬੰਦੇ ਨੇ ਬਹੁਤ ਤਰੱਕੀ ਕੀਤੀ। ਟੂਪਾਕ ਨੇ 25 ਸਾਲਾਂ ਦੇ ਵਿੱਚ ਬੰਦਾ ਬੈਲਬੋਰਡ ਛੱਡ ਸਾਰੇ ਕਿਤੇ ਹੀ ਛਾ ਗਿਆ ਸੀ ਹੈ ਨਾ ਬੰਦਾ। ਤਾਂ ਸਿੱਧੂ ਬਾਈ ਵੀ ਇੱਦਾਂ ਹੀ ਬੈਲਬੋਰਡ 'ਤੇ, ਇਹਦੇ ਸਿੱਧੂ ਬਾਈ ਦੇ ਵੀ ਗਾਣੇ ਗਏ ਹੋਏ ਹੈ ਨਾ ਕਈ। ਚਲੋ ਲੋਕਾਂ 'ਚ ਬੰਦੇ ਇੱਦਾਂ ਹੀ ਦੋਨੋਂ ਬਾਈ ਜਿਉਂਦੇ ਰਹਿਣਗੇ ਅਤੇ ਹਮੇਸ਼ਾ ਸਾਰੀ ਉਮਰ ਚੱਲਦੇ ਰਹਿਣਗੇ। ਮੈਨੂੰ ਉਮੀਦ ਕਰਦਾ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊ, ਵਧੀਆ ਲੱਗੀ ਹੋਊ ਸ਼ੇਅਰ ਜ਼ਰੂਰ ਕਰਿਓ। ਧੰਨਵਾਦ।